ਡੇਵਿਡਸਨ ਦੀ ਸੀਟ, ਪੀਟਰਬਿਲਟ ਦੀਆਂ ਲਾਈਟਾਂ ਤੇ ਹਮਰ ਦੇ ਚਮਕਦੇ ਰਿਮ ਤੇ ਇਹਨਾਂ ਸਾਰੀਆਂ ਲਗਜ਼ਰੀ ਚੀਜ਼ਾਂ ਨਾਲ ਬੋਟੀ ਵਾਂਗ ਸ਼ਿੰਗਾਰਿਆ ਬੂਟੇ ਸ਼ੌਂਕੀ ਦਾ ਟਰੈਕਟਰ ਜੋ ਮਹਿੰਗੀਆਂ ਗੱਡੀਆਂ ਨੂੰ ਵੀ ਮਾਤ ਪਾਉਂਦਾ ਹੈ। ਪਰ ਖੇਤਾਂ ਦੇ ਇਸ ਰਾਜੇ ਨੂੰ ਕੈਨੇਡਾ ਵਾਲੇ ਬੂਟਾ ਸਿੰਘ ਨੇ ਕਿਵੇਂ ਸੜਕਾਂ ਦਾ ਸ਼ੇਰ ਬਣਾ ਦਿੱਤਾ, ਇਹ ਜਾਣਨ ਲਈ ਅੱਜ ਚੱਲਦੇ ਹਾਂ ਜਲੰਧਰ ਦੇ ਪਿੰਡ ਥਾਬਲਕੇ। ਸ਼ੌਂਕ ਦਾ ਕੋਈ ਵੀ ਮੁੱਲ ਨਹੀਂ ਹੁੰਦਾ ਤੇ ਵੱਧਦੀਆਂ ਉਮਰਾਂ ਸ਼ੌਂਕ ਨੂੰ ਘਟਾ ਨਹੀਂ ਸਕਦੀਆਂ। ਸ਼ੌਂਕ ਤਾਂ ਸ਼ੌਂਕ ਹੈ, ਚਾਹੇ ਪੈਸੇ ਨਾਲ ਪੂਰਾ ਕੀਤਾ ਹੋਵੇ ਜਾਂ ਫਿਰ ਮਿਹਨਤ ਕਰਕੇ। ਇਸੇ ਤਰ੍ਹਾਂ ਦੀ ਹੀ ਅੱਜ ਤੁਹਾਨੂੰ ਕਹਾਣੀ ਦਿਖਾਵਾਂਗੇ ਬੂਟਾ ਸਿੰਘ ਜੌਲ ਹੋਣਾ ਦੀ। ਜ਼ਿੰਦਾ ਦਿਲ ਇਨਸਾਨ ਨੇ, ਕੈਨੇਡਾ ਦੇ ਵਿੱਚ ਜਾ ਕੇ ਵੀ ਆਪਣੇ ਪੈਰ ਨਹੀਂ ਛੱਡੇ। ਜਲੰਧਰ ਦੇ ਪਿੰਡ ਥਾਬਲਕੇ ਦੇ ਵਿੱਚ ਅਸੀਂ ਖੜ੍ਹੇ ਹਾਂ ਜਿੱਥੋਂ ਦੇ ਉਹ ਜੰਮਪਲ ਨੇ ਅਤੇ ਕੈਨੇਡਾ ਦੇ ਵਿੱਚ ਜਾ ਕੇ ਖੂਬ ਤਰੱਕੀਆਂ ਕੀਤੀਆਂ, ਤਾਂ ਸ਼ੌਂਕ ਨਹੀਂ ਭੁੱਲੇ ਆਪਣਾ। ਸ਼ੌਂਕ ਇੰਨੇ ਅਵੱਲੇ ਕਿ ਆਪਣੇ ਉਹਨਾਂ ਨੇ ਇਸ ਟਰੈਕਟਰ ਟਰਾਲੀ ਦੇ ਉੱਪਰ ਹੀ 21 ਲੱਖ ਰੁਪਏ ਤੱਕ ਲਾ ਦਿੱਤੇ। ਆਓ ਚੱਲਦੇ ਹਾਂ ਉਹਨਾਂ ਦੀ ਮੋਟਰ ਦੇ ਉੱਪਰ, ਗੱਲਬਾਤ ਕਰਦੇ ਹਾਂ ਅਤੇ ਕਿਵੇਂ ਇਹ ਸ਼ੌਂਕ ਪਏ ਸਾਰੇ ਬਾਰੇ ਜਾਣਕਾਰੀ ਲੈਂਦੇ ਹਾਂ। ਆਓ ਚੱਲਦੇ ਹਾਂ। ਕਿਵੇਂ ਪੁਗਾਇਆ ਇਹ ਖੁਦ ਬੂਟਾ ਸਿੰਘ ਹੀ ਦੱਸ ਰਿਹਾ। ਸੋ ਬੂਟਾ ਸਿੰਘ ਹੋਣਾ ਦੀ ਮੋਟਰ ਦੇ ਉੱਪਰ ਆਪਾਂ ਪਹੁੰਚ ਚੁੱਕੇ ਹਾਂ, ਉਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਕਿਉਂਕਿ ਬੂਟਾ ਸਿੰਘ ਹੋਣਾ ਦੇ ਜੋ ਸ਼ੌਂਕ ਨੇ, ਜੋ ਉਹਨਾਂ ਨੇ ਇਹ ਕੈਨੇਡਾ ਦੇ ਵਿੱਚ ਜਾ ਕੇ ਵੀ ਆਪਣੇ ਸ਼ੌਂਕ ਨਹੀਂ ਛੱਡੇ, ਤਾਂ ਉਹ ਬੂਟਾ ਸਿੰਘ ਹੋਣੀ ਨਾਲ ਹੈ ਸਾਡੇ। ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕ ਹੀ ਦੇਣਾ ਚਾਹੁੰਦਾ ਕਿ ਇੱਡੀ ਸ਼ਾਨਦਾਰ ਚੀਜ਼ ਬਣਾਈ ਆ, ਕਿਵੇਂ ਮਨ 'ਚ ਆਇਆ ਇਹ? ਮਨ ਤਾਂ ਬਾਈ ਪਹਿਲਾਂ ਤੋਂ ਹੀ ਸੀਗਾ, ਜਿੱਦਾਂ ਜਦੇ ਕੈਨੇਡਾ ਗਏ ਸੀ ਆਪਾਂ ਅੱਗੇ ਵੀ ਕਿੰਨੇ ਹੁੰਦੇ ਹਾਂ ਜਿੱਦਾਂ, ਅਤੇ ਹੁਣ ਫਿਰ ਵੀ ਇਹੀ ਆ, ਹਰੇਕ ਨੂੰ ਕਹੀਦਾ ਬੰਦਾ ਮਿਹਨਤ ਕਰਦੇ ਆ ਅਤੇ ਮਿਹਨਤ ਕਰਕੇ ਹੀ ਸ਼ੌਂਕ ਪੂਰੇ ਹੋਣੇ ਆ, ਘਰ ਬੈਠਿਆਂ ਦਾ ਕੁਛ ਨਹੀਂ ਹੁੰਦਾ। ਮਿਹਨਤ ਕੀਤੀ ਆ ਕੈਨੇਡਾ। ਕਦੋਂ ਗਏ ਸੀਗੇ ਤੁਸੀਂ? ਹਾਂਜੀ 99 ਦੇ ਵਿੱਚ। ਉਦੋਂ ਵੀ ਪਹਿਲਾਂ ਵੀ ਸ਼ੌਂਕ ਸੀਗੇ? ਪਹਿਲਾਂ ਵੀ ਹਾਂਜੀ ਸ਼ੌਂਕ ਸੀ, ਜਾਣ ਲੱਗੇ ਆਪਾਂ ਵੇਚ ਕੇ ਗਏ ਸੀਗੇ ਟਰੈਕਟਰ, ਅਤੇ ਫਿਰ ਉਦੋਂ ਦੀ ਤਮੰਨਾ ਸੀਗਾ, ਡੈਡੀ ਹੁਣ ਕਹਿੰਦੇ ਹੁੰਦੇ ਸੀਗੇ ਆਪਾਂ ਟਰੈਕਟਰ ਨਹੀਂ ਕਹਿਣਾ, ਕੋਈ ਨਹੀਂ ਪੁੱਤ ਜੇ ਹੋਇਆ ਤਾਂ ਕੋਈ ਨਹੀਂ ਇੰਝ ਤਾਂ ਕਰ ਲਵਾਂਗੇ। ਫਿਰ ਮੈਂ ਮੁੜ ਕੇ ਜਦੋਂ ਆਪਾਂ ਆਏ ਹਾਂ ਉਹਦੇ ਤਾਂ ਐਵਰੀ ਈਅਰ ਰਹਿਣਾ, ਫਿਰ ਸਭ ਤੋਂ ਪਹਿਲਾਂ ਅਸੀਂ ਜਦੋਂ ਆਏ ਇੱਥੇ ਤਾਂ ਫਿਰ ਉਦੋਂ ਬਾਅਦ 'ਚ ਅਸੀਂ ਆਪਣੇ ਮਾਮਾ ਜੀ ਦਾ ਟਰੈਕਟਰ ਲੈ ਕੇ ਆਏ ਸੀਗੇ, ਅਤੇ 2005 ਦੇ ਵਿੱਚ, ਅਤੇ ਨਿਆਣੇ ਮੇਰੇ ਛੋਟੇ ਸੀਗੇ, ਤਾਂ ਉਹ ਫਿਰ ਕਹਿਣ ਲੱਗ ਪਏ ਡੈਡ ਜਦੋਂ ਨੈਕਸਟ ਟਾਈਮ ਆਉਣਾ ਆਪਾਂ ਆਪਣਾ ਟਰੈਕਟਰ ਬਣਾਉਣਾ ਹੈ। ਜਦੋਂ ਤੁਸੀਂ ਕੈਨੇਡਾ ਗਏ ਸੀਗੇ ਉਦੋਂ ਆਪਣਾ ਟਰੈਕਟਰ ਵੇਚ ਕੇ ਗਏ ਸੀ? ਹਾਂਜੀ ਆਪਣਾ ਟਰੈਕਟਰ ਉਦੋਂ ਵੇਚ ਕੇ ਗਏ ਸੀਗੇ, ਮੋਟਰਸਾਈਕਲ ਸਕੂਟਰ ਸਾਰਾ ਕੁਛ ਕੋਲ ਸੀਗਾ, ਬਾਕੀ ਰੱਖ ਲਿਆ ਸੀ ਸਮਾਨ, ਟਰੈਕਟਰ ਵੇਚ ਦਿੱਤਾ ਸੀ। ਚਲੋ ਮਜ਼ਬੂਰੀਆਂ ਹੁੰਦੀਆਂ ਤਾਂ ਉਹਦੇ ਕਰਕੇ ਜਿੱਦਾਂ ਵੀ ਡੈਡੀ ਕਹਿੰਦਾ ਚੱਲ ਇੱਥੇ ਕੀ ਕਰਨਾ ਆਪਾਂ, ਵੀ ਹੁਣ ਕਿਹੜਾ ਆਪਾਂ ਖੇਤੀ ਕਰਨੀ ਵੀ ਚੱਲ। ਹਾਂਜੀ ਮੈਂ ਇਹਦੇ ਵਿੱਚ ਜਿਹੜੇ ਚੀਜ਼ਾਂ ਲੱਗੀਆਂ ਨੇ ਪਹਿਲਾਂ ਉਹਦੇ ਬਾਰੇ ਆਪਾਂ ਗੱਲ ਕਰ ਲਈਏ, ਕਿਹੜੀਆਂ ਕਿਹੜੀਆਂ ਚੀਜ਼ਾਂ ਕਿੱਥੋਂ ਕਿੱਥੋਂ ਲਿਆਂਦੀਆਂ ਅਤੇ ਕਿਵੇਂ ਕਿਵੇਂ ਸਾਰਾ ਇੱਥੇ ਅਰੇਂਜ ਕੀਤਾ ਸਾਰਾ, ਤੁਸੀਂ ਉਹਦੇ ਬਾਰੇ ਦੱਸੋ ਜੀ। ਚੀਜ਼ਾਂ ਤਾਂ ਸਾਰੀਆਂ ਬਈ ਜਿੱਦਾਂ ਹੁਣ ਹੋਰਨ ਆ, ਅਤੇ ਜਿੱਦਾਂ ਹਾਂਜੀ ਲਾਈਟਾਂ ਆ, ਅਤੇ ਏਅਰ ਕਲਿੰਡਰ ਆ, ਅੱਜ ਜਿੱਦਾਂ ਪੀਟਰਬਿਲਟ ਦੇ ਸੈਨ ਆ, ਆ ਲੋਗੋ ਆ, ਅਤੇ ਇਹ ਬਹੁਤ ਜਿੱਦਾਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਆਉਂਦੀਆਂ ਪੀਟਰਬਿਲਟ ਦੀਆਂ, ਉੱਥੇ ਜਿੱਦਾਂ ਮਿਲਦੀਆਂ ਇਹ, ਤਾਂ ਏਅਰ ਕਲਿੰਡਰ ਆ, ਸ਼ੀਸ਼ੇ ਆ, ਮਿਰਰ ਸਾਰੇ ਜਿੱਦਾਂ ਉੱਪਰਲੇ ਹੋਰਨ ਆ, ਲਾਈਟਾਂ ਆ, ਤਾਂ ਜਿਹੜੀ ਜਿੱਦਾਂ ਸਿਸਟਮ ਦੇ ਮਗਰ ਲੱਗਾ ਉਹ ਵੀ ਟਰੱਕ ਦੇ ਮਗਰ ਪੀਟਰ ਬਿਲਟ ਨੂੰ ਜਿੱਦਾਂ ਲਾਉਂਦੇ ਆ। ਹਾਂਜੀ ਉਹ ਬੰਗਲੀਆਂ ਟਰਾਲੀ ਨੂੰ ਲਾਈਟਾਂ ਲਾਈਆਂ ਆ, ਅਤੇ ਸਟੈਪ ਆ ਸਾਈਡਾਂ ਦੇ ਲਾਈਟਾਂ ਆ। ਇਹ ਸਾਰਾ ਫਿਰ ਉੱਧਰੋਂ ਲਿਆਂਦਾ? ਫਿਰ ਇਹ ਸਾਰਾ ਉੱਧਰੋਂ, ਹਾਂਜੀ ਭਾਈ ਜਦੋਂ ਪਹਿਲਾਂ ਆਪਾਂ ਫੋਰਡ 3600 ਲੈ ਕੇ ਗਏ ਸੀ ਉਹਨੂੰ ਮੋਡੀਫਾਈ ਕੀਤਾ ਸੀਗਾ, ਉਦੋਂ ਬਾਅਦ 'ਚ ਫਿਰ ਦਿਮਾਗ 'ਚ ਇਹੀ ਸੀਗਾ ਕਿ ਆਪਾਂ ਹੁਣ ਜਿਹੜਾ ਨੈਕਸਟ ਟਰੈਕਟਰ ਬਣਾਵਾਂਗੇ ਉਹਨੂੰ ਇੱਦਾਂ ਟਰੱਕ ਦਾ ਸਮਾਨ ਲਾ ਕੇ। ਤੁਸੀਂ ਟਰੈਕਟਰ ਉੱਥੇ ਤਿਆਰ ਇੱਥੇ ਤਿਆਰ ਕਰਕੇ ਲੈ ਕੇ ਗਏ? ਹਾਂਜੀ ਪਹਿਲਾਂ ਆਪਾਂ ਫੋਰਡ 3600 ਜਿੱਦਾਂ ਕੈਨੇਡਾ ਲੈ ਕੇ ਗਏ ਹਾਂ, ਜਿਪਸੀ ਆ, ਜੀਪ ਆ, 2 ਬੁਲਟ ਆ, ਸਕੂਟਰ ਆ, ਉਹ ਪਹਿਲਾਂ ਆਪਾਂ ਲੈ ਕੇ ਗਏ ਸੀ, ਉਦੋਂ ਬਾਅਦ ਫਿਰ ਆਪਾਂ 15 ਦੇ ਵਿੱਚ ਇਹਨੂੰ ਨਵਾਂ ਕਢਾ ਕੇ ਦੁਬਾਰਾ ਹਾਂਜੀ ਇਹਨੂੰ ਤਿਆਰ ਇੱਥੇ ਖੇਤਾਂ ਤਾਂ ਨਹੀਂ ਲਾਉਂਦੇ ਹੋਣੇ? ਨਹੀਂ ਜੀ ਖੇਤਾਂ ਵਾਲਾ ਤਾਂ ਕੰਮ ਹੀ ਨਹੀਂ ਜਿੱਦਾਂ, ਤਾਂ ਹੁਣ ਇਹਦੀ ਤਾਂ ਵੀਲਿੰਗ ਆ ਇਹਦੇ ਉੱਤੇ? ਹਾਂਜੀ ਇਹਨਾਂ ਦੀ 84 ਕੱਟੀ ਗਈ ਦੋਨਾਂ ਦੀ, ਇੱਕ ਉੱਥੇ ਫੋਰਡ ਆ, ਮਿਸੀ ਆ, ਤਾਂ ਇੱਥੇ 36-30 ਇਹ ਬਣਾਇਆ ਆ, ਅਤੇ ਇਹਨਾਂ ਦਾ ਹੁਣ ਇਹਦਾ ਤਾਂ ਕੀ ਕਰਨਾ ਰਾਈਟ ਵੇ ਖੇਤ, ਅਸੀਂ ਤਾਂ ਮੀਂਹ ਕਣੀ ਦੇ ਵਿੱਚ ਮਿਨੀ ਇੱਥੇ ਆ ਕੇ ਕੱਢੀ ਦਾ ਵੀ ਜਦੋਂ ਦਿਨ ਪੱਧਰੇ ਹੁੰਦੇ ਆ, ਜਿੱਦਾਂ ਹਰਲੀ ਮੋਟਰਸਾਈਕਲ ਦਾ ਸਮਾਨ ਉਹ ਲਾਈ ਆ ਸੀਟ 'ਤੇ ਕਵਰ, ਹਾਂਜੀ ਹਰਲੀ ਡੇਵਸਨ ਦਾ, ਨੌਰਥ ਅਮੈਰੀਕਾ ਦਾ ਪੀਟਰ ਬਿਲਟ ਅਤੇ ਹਰਲੀ ਡੇਵਸਨ, ਜਿੱਦਾਂ ਸਭ ਤੋਂ ਜਿੱਦਾਂ ਮਹਿੰਗੀਆਂ ਚੀਜ਼ਾਂ ਆ ਇਹ,
ਅਤੇ ਹਾਂਜੀ ਆਪਾਂ ਨੂੰ ਇਹ ਤਾਂ ਹੈ ਨਹੀਂ ਸੀ ਵੀ ਕਈ ਆਪਾਂ ਕੋਈ ਮਹਿੰਗੇ ਚੀਜ਼ਾਂ ਲਾਉਣੇ, ਸ਼ੌਂਕ ਸੀਗਾ ਇੱਥੇ ਜਿੱਦਾਂ ਅਤੇ ਇਹ ਰਿਮ ਵਗੈਰਾ ਜਿਹੜੇ ਆਹ ਨਵੀਂ ਚੀਜ਼ ਆ ਘੁੰਮਦੀ ਆ ਜਿਹੜੀ, ਇਹ ਵੀ ਉੱਧਰੋਂ ਫਿਰ? ਹਾਂਜੀ ਇਹ ਹਮਰ ਨੂੰ ਆਪਾਂ ਲਾਏ ਸੀ ਪਹਿਲਾਂ ਅਤੇ ਹਾਂਜੀ ਉਹਨੂੰ ਲਾ ਕੇ ਤਾਂ ਫਿਰ ਉਹਨੂੰ ਲਾਏ ਸੀ, ਉਦੋਂ ਬਾਅਦ 'ਚ ਫਿਰ ਆਪਾਂ ਇਹਨੂੰ ਦੂਜਾ ਲਾ ਦਿੱਤਾ। ਦੇਸੀ ਮੰਜੇ, ਸ਼ਿੰਗਾਰੀ ਜਿਪਸੀ ਤੇ ਮੈਸੀ ਟਰੈਕਟਰ ਤੋਂ ਲੈ ਕੇ ਮੋਡੀਫਾਈ ਕੀਤੇ ਸਾਈਕਲ ਤੱਕ ਸ਼ਾਇਦ ਹੀ ਕੋਈ ਅਜਿਹੀ ਚੀਜ਼ ਹੋਏਗੀ ਜੋ ਬੂਟਾ ਸਿੰਘ ਨੇ ਪੰਜਾਬ ਤੋਂ ਕੈਨੇਡਾ ਨਾ ਖੜੀ ਹੋਵੇ। ਤੇ ਜੇ ਗੱਲ ਇਹਨਾਂ ਚੀਜ਼ਾਂ ਤੇ ਆਏ ਖਰਚੇ ਦੀ ਕਰੀਏ ਤਾਂ ਇਕੱਲੇ ਸਹੂਲਤਾਂ ਨਾਲ ਲੈਸ ਇਸ ਟਰੈਕਟਰ ਅਤੇ ਟਰਾਲੀ ਤੇ ਹੀ 21 ਲੱਖ ਰੁਪਏ ਲੱਗ ਚੁੱਕੇ ਨੇ। ਇੱਕ ਇਹ ਜਿਹੜੀ ਯੂਨੀਕ ਚੀਜ਼ ਆ, ਸਭ ਤੋਂ ਯੂਨੀਕ ਚੀਜ਼ ਮੈਨੂੰ ਲੱਗਦਾ ਟਰਾਲੀ ਦੇ ਵਿੱਚ ਇਹ ਵਾਲੀ ਆ, ਇਹਦਾ ਮਨ 'ਚ ਖਿਆਲ ਕਿੱਦਾਂ ਆਇਆ? ਇੱਦਾਂ ਹੋਈ ਜਦੋਂ ਆਪਾਂ 15 'ਚ ਇਹਨੂੰ ਨਵਾਂ ਕਢਾਇਆ ਸੀਗਾ ਅਤੇ ਜਦੋਂ 16 'ਚ ਨਿਆਣੇ ਆਏ ਮੇਰੇ, ਭੈਣ ਹੋਣੀ ਇੰਗਲੈਂਡ ਤੋਂ ਆਈ ਆ, ਵੱਡੀ ਸਿਸਟਰ ਬਲਦੀਸ਼ ਹੋਣੀ ਕਨੇਡਾ ਤੋਂ, ਅਤੇ ਜੀਤ ਹੋਣੀ ਸਾਰੇ ਪ੍ਰਾਹੁਣਾ ਲਾਲੀ ਹੋਣੀ ਸਾਰੇ, ਜਿੱਦਾਂ ਅਸੀਂ ਜਦੋਂ ਇੰਡੀਆ 'ਚ ਆਏ ਸੀਗੇ ਅਤੇ ਫਿਰ ਆਉਣ ਤੋਂ ਪਹਿਲਾਂ ਜਦੋਂ ਅਸੀਂ ਟਰੇਟਰ ਆਪਾਂ ਇਹਨੂੰ ਤਿਆਰ ਕਰ ਲਿਆ ਸੀਗਾ ਅਤੇ ਫਿਰ ਮੇਰਾ ਬੇਟਾ ਮੁੰਡਾ ਦਿਲਾਜ ਕਹਿੰਦਾ ਜਿਹੜਾ ਆਪਾਂ ਵੀ ਜ਼ਿਆਦਾ ਜਾਣੇ ਆ ਵੀ ਬੈਠੇ ਟਰੇਟਰ 'ਤੇ ਤਾਂ 2 ਜਣੇ ਤੇਰੇ ਨਾਲ ਬਹਿ ਸਕਦੇ ਆ, ਮੈਂ ਕਿਹਾ ਆਪਾਂ ਟਰਾਲੀ ਬਣਾ ਲੈਂਦੇ ਹਾਂ। ਤਾਂ ਉਹਦੇ ਮਨ 'ਚ ਆ ਗਿਆ, ਜਿੱਦਾਂ ਮੇਰਾ ਫਰੈਂਡ ਹਰਦੀਪ ਕਹਿੰਦਾ ਹੁੰਦਾ ਤੂੰ ਜਨਤਾ ਦੇ ਨਾਲ ਬਹੁਤ ਸੰਗਤ ਹੁੰਦੀ ਆ, ਕਿਤੇ ਵੀ ਜਾਣਾ ਹੁਣ ਤੂੰ ਟਰਾਲੀ ਬਣਾ ਲਾ, ਜਿੱਦਾਂ ਵੀ ਉੱਥੇ ਵੀ ਜਿੱਦਾਂ ਬੈਨਕੋਰ ਕੁਆਡੀਆਂ 'ਤੇ ਜਾਣਾ ਜਾਂ ਕਿਤੇ ਵੀ ਜਾਣਾ ਅਤੇ ਉਹਦੇ ਮਨ 'ਚ ਇਹ ਸੀਗੀ ਵੀ ਚਲੋ ਉਹ ਮੂੰਹ 'ਚੋਂ ਨਿਕਲ ਗਿਆ ਵੀ ਟਰਾਲੀ ਬਣਾ ਲਿਆ। ਮੈਂ ਕਿਹਾ ਚੱਲ ਯਾਰ ਇੰਡੀਆ ਟਰਾਲੀ ਬਣਾਉਂਦੇ ਹਾਂ ਤੂੰ 'ਚ ਸੀਟਾਂ ਲਾਉਂਦੇ ਹਾਂ। ਫਿਰ ਅਸੀਂ ਉੱਥੇ ਬਿਲਗੇ ਵਾਲਿਆਂ ਨੂੰ ਕਿਹਾ ਵੀ ਜਿੱਦਾਂ ਚੀਜ਼ ਆਹ ਬਣਾਉਣੀ ਆ, ਤਾਰਾ ਸਿੰਘ ਬਿਲਗੇ ਵਾਲਿਆਂ ਨੂੰ, ਅਤੇ ਉਹਨਾਂ ਨੇ ਉਹ ਕਹਿੰਦੇ ਯਾਰ ਇੱਕ ਵਾਰੀ ਕਿਹਾ ਹੋਣਾ ਕਿ ਅਸੀਂ ਤਾਂ ਕੀਤਾ ਹੀ ਨਹੀਂ ਇਹੋ ਜਿਹਾ ਕੰਮ ਕਦੀ, ਇਹੀ ਕਿਹਾ ਕਹਿੰਦਾ ਭਾਅ ਜੀ ਇੱਦਾਂ ਤਾਂ ਕਈ ਕੀਤੀ ਨਹੀਂ। ਫਿਰ ਤਾਂ ਇਹਨੂੰ ਬ੍ਰਦਰ ਨੂੰ ਮੈਂ ਭੇਜਿਆ ਉੱਥੇ, ਮੈਂ ਕਿਹਾ ਤੁਸੀਂ ਜਾ ਕੇ ਪਤਾ ਕਰਿਆ, ਤਾਂ ਫਿਰ ਦੱਸ ਦੱਸ ਕੇ ਇਕੱਲੀ ਇਕੱਲੀ ਚੀਜ਼ ਹੈ, ਹੁਣ ਤਾਂ ਬਹੁਤ ਬਣਾਉਣ ਲੱਗ ਪਏ, ਬਾਹਰ ਵੀ ਗਈਆਂ ਜਿੱਦਾਂ 1-2 ਟਰਾਲੀਆਂ ਜਿੱਦਾਂ, ਅਤੇ ਪਰ ਉਦੋਂ ਨਵੀਂ ਚੀਜ਼ ਫਿਰ ਜਲੰਧਰੋਂ ਇਹਦਾ ਸੀਟਾਂ ਦਾ ਕੰਮ ਕੁੰਮ ਕਰਾਇਆ, ਬਾਕੀ ਸਮਾਨ ਸਾਰਾ ਆਪਾਂ ਬਾਹਰੋਂ ਹੀ ਜਿੱਦਾਂ ਲਿਆਇਆ। ਰਿਮ ਬੜਾ ਖਿੱਚ ਦੇ ਕੇਂਦਰ ਆ ਤੁਹਾਡਾ ਆਹ ਵਾਲਾ, ਇਹ ਰਿਮ ਵੀ ਬਾਹਰੋਂ ਹੀ ਲਿਆਉਂਦਾ? ਹਾਂਜੀ ਭਾਅ ਜੀ ਇਹ 30 ਇੰਚ ਦਾ ਰਿਮ ਆਪਾਂ ਉੱਥੇ ਹਮਰ ਨੂੰ ਪਾਇਆ ਸੀਗਾ ਅਤੇ ਉਹਦੇ ਨਾਲ ਦੇ ਫਿਰ ਆਪਾਂ ਇਹਨੂੰ ਇੱਥੇ ਲੈ ਕੇ ਆਉਂਦਾ, ਉੱਦਾਂ ਹੁਣ ਇੱਥੇ ਵੱਧ ਤੋਂ ਵੱਧ 20 ਇੰਚ ਦੇ ਰਿਮ ਆ ਆਪਾਂ ਅੱਗੇ ਗੱਡੀ ਨੂੰ ਪਾਏ ਸੀਗੇ ਡੈਵ ਨੂੰ, ਅਤੇ ਹੁਣ ਇਹਦੇ ਲਈ ਇੱਦਾਂ ਸੀਗਾ ਪਰ ਬਹੁਤ ਮੁਸ਼ਕਲ ਦੇ ਨਾਲ ਉੱਥੋਂ ਲਿਆਂਦਾ ਟੈਚੀ 'ਚ ਇਹਨੂੰ ਟੈਚੀ 'ਚ ਪਾ ਲਿਆਂਦਾ, ਟੈਚੀ 'ਚ ਪਾ ਕੇ ਜਿੱਦਾਂ ਲਿਆਂਦਾ ਬੜੀ ਮੁਸ਼ਕਲ ਦੇ ਨਾਲ ਹੀ ਜਿੱਦਾਂ, ਪਰ ਪਹੁੰਚ ਗਿਆ ਫਿਰ ਵੀ ਜਿੱਦਾਂ ਆਪਣੀ ਆਉਣ ਦੀ ਨਹੀਂ ਸੀ, ਇਹਦੀ ਲਿਆਉਣ ਦੀ ਸੀਗੀ ਜਿੱਦਾਂ ਵੀ ਲੈ ਕੇ ਲਿਜਾ ਕੇ ਤਾਂ ਕੋਈ ਨਵੀਂ ਚੀਜ਼ ਕਰੀਏ ਜਿੱਦਾਂ। ਅਤੇ ਇੱਕ ਹੋਰ ਗੱਲ ਹੁਣ ਜੇ ਸਾਰੀਆਂ ਚੀਜ਼ਾਂ ਦੇਖਣ ਤੋਂ ਬਾਅਦ ਇੱਕ ਗੱਲ ਆਉਂਦੀ ਹੈ ਕਿ ਖਰਚਾ ਕਿੰਨਾ ਕੁ ਹੋ ਗਿਆ ਫਿਰ? ਖਰਚਾ ਬਾਈ ਲਾਸਟ ਈਅਰ ਆਪਾਂ 20 ਲੱਖ ਰੁਪਈਆ ਅਸੀਂ ਕਾਊਂਟ ਕੀਤਾ ਸੀਗਾ ਸਾਰਾ ਨਿੱਕੀ ਨਿੱਕੀ ਚੀਜ਼ਾਂ ਦਾ, ਇਕੱਲੀ ਇਕੱਲੀ ਲਾਈਟ ਜੋ ਵੀ ਹੈ ਜਿੱਦਾਂ, ਅਤੇ ਹੁਣ ਐਤਕੀ ਮੈਂ $2,200 ਦਾ ਐਤਕੀ ਸਮਾਨ ਲਿਆਂਦਾ, ਸਿਗਨਲ ਲਿਆਂਦੇ ਉੱਥੋਂ ਬਾਹਰੋਂ ਉਹਦੇ ਟਰੱਕ ਦੇ, ਅਤੇ ਉਹ ਲਿਆ ਕੇ ਲਾ ਕੇ ਤਕਰੀਬਨ 21 ਲੱਖ ਹੋ ਗਿਆ ਪੂਰਾ, 21 ਲੱਖ ਰੁਪਈਆ ਟਰੈਕਟਰ ਟਰਾਲੀ ਦੇ ਲਾ। ਹਾਂਜੀ ਹਾਂਜੀ ਆਪਣੇ ਨਿਊ ਹੋਲੈਂਡ ਟਰੈਕਟਰ ਨੂੰ ਆਮ ਤੋਂ ਖਾਸ ਬਣਾਉਣ ਲਈ ਕੰਪਨੀ ਵੀ ਬੂਟਾ ਸਿੰਘ ਨੂੰ ਸਨਮਾਨਿਤ ਕਰ ਚੁੱਕੀ ਹੈ। ਇਸੇ ਲਈ ਤਾਂ ਕੈਨੇਡਾ ਦੇ ਵਿੱਚ ਚਾਹੇ ਕੋਈ ਨਗਰ ਕੀਰਤਨ ਹੋਵੇ ਤੇ ਜਾਂ ਕੋਈ ਮੇਲਾ, ਬੂਟਾ ਸਿੰਘ ਦੇ ਨਵੇਂ ਨਵੇਂ ਸ਼ੌਂਕ ਵੇਖਣ ਲਈ ਲੋਕ ਪੂਰੇ ਉਤਾਵਲੇ ਰਹਿੰਦੇ ਨੇ, ਜੋ ਹਰ ਸਾਲ ਆਪਣੀ ਮਾਂ ਨਾਲ ਕੀਤਾ ਵਾਅਦਾ ਪੁਗਾਉਣ ਲਈ ਪੰਜਾਬ ਵੀ ਆਉਂਦਾ। ਇੱਕ ਮੈਂ ਗੱਲ 'ਚ ਦੇਖ ਰਿਹਾ ਮਾਂ ਦਾ ਲਿਖਿਆ, ਮਾਂ ਦੀ ਕਮੀ ਮਹਿਸੂਸ ਹੁੰਦੀ ਹੈ ਬਿਲਕੁਲ ਹਰ ਟਾਈਮ ਹੀ ਉਹਦੀ, ਤਾਂ ਵਿਚਾਰੀ ਦੀ ਜਿੱਦਾਂ ਪੂਰੀ ਨੇ ਤਾਂ ਬਹੁਤ ਮਿਹਨਤ ਕਰਦੇ ਸੀਗੇ, ਤਾਂ ਹਰੇਕ ਸਾਲ ਉਹਨਾਂ ਦਾ ਆਈਦਾ, ਜਦੋਂ ਲਾਸਟ ਟਾਈਮ ਗਏ ਸੀਗੇ ਇੱਥੋਂ ਤਾਂ ਉਹਨਾਂ ਨੇ ਇਹੀ ਤਮੰਨਾ ਸੀਗੀ ਕਿ ਬਹੁਤ ਆਪਾਂ ਹਰੇਕ ਸਾਲ ਇੰਡੀਆ ਨੂੰ ਆਇਆ ਕਰਨਾ, ਉਹਨਾਂ ਨੂੰ ਜਾਂਦਿਆਂ ਨੂੰ ਉਦੋਂ ਕੈਂਸਰ ਹੋ ਗਈ, ਤਾਂ ਉਹਦੇ ਕਰਕੇ ਜਿੱਦਾਂ 42 ਸਾਲਾਂ ਦੇ ਸੀਗੇ, ਪਰ ਆਪਾਂ 20 ਸਾਲ ਹੋ ਗਏ ਹਰੇਕ ਸਾਲ ਹੀ ਆਪਾਂ ਇੰਡੀਆ ਨੂੰ ਉਹਨਾਂ ਦਾ ਆ ਕੇ ਬਾਬੇ ਭੂਮੀ ਹੈ ਜੜਿਆਲੇ ਅਤੇ ਉਹਨਾਂ ਦੀ ਜਿੱਦਾਂ ਯਾਦ ਕਰੀਦੇ ਆ ਹਰੇਕ ਸਾਲ, ਜਿੱਦਾਂ ਵੀ ਕਦੀ ਭੁੱਲੇ ਤਾਂ ਹੈ ਹੀ ਨਹੀਂ। ਹੁਣ ਇਸ ਟਰੈਕਟਰ ਦੇ ਬਾਅਦ ਜ਼ਰਾ ਬੂਟਾ ਸਿੰਘ ਦੀ ਇਹ ਬੇਸ਼ਕੀਮਤੀ ਬਾਈਕ ਕਲੈਕਸ਼ਨ ਵੀ ਦੇਖ ਲਓ, ਜਿਹਦੇ ਚ 1966 ਮਾਡਲ ਦੇ ਲਮਰੇਟਾ ਸਕੂਟਰ ਤੋਂ ਲੈ ਕੇ 67 ਮਾਡਲ ਦੇ ਜ਼ੈਦੀ ਤੇ 72 ਮਾਡਲ ਦੇ ਰਾਜਦੂਤ ਮੋਟਰਸਾਈਕਲ ਵੀ ਸ਼ਾਮਲ ਨੇ, ਜਿਨ੍ਹਾਂ ਨੂੰ ਬੂਟਾ ਸਿੰਘ ਨੇ ਪੁੱਤਾਂ ਵਾਂਗ ਸਾਂਭ ਕੇ ਰੱਖਿਆ ਤੇ ਹੁਣ ਇਹੀ ਸ਼ੌਂਕ ਬੂਟੇ ਦੇ ਕੈਨੇਡੀਅਨ ਬੇਟਿਆਂ ਦੇ ਵੀ ਸਿਰ ਚੜ੍ਹ ਕੇ ਬੋਲਦਾ। ਬੂਟਾ ਸਿੰਘ ਜੀ ਮੈਂ ਸਹੀ ਗੱਲ ਕਹੀ ਹੈ, ਜਿੱਦਾਂ ਮਾਵਾਂ ਪੁੱਤਾਂ ਨੂੰ ਸਾਂਭਦੀਆਂ ਉਸੇ ਤਰ੍ਹਾਂ ਸਾਂਭ ਕੇ ਰੱਖਿਆ, ਮੈਂ ਕਹਿੰਦਾ ਵੀ ਮਿੱਟੀ ਦਾ ਕਣ ਵੀ ਉੱਤੇ ਹੈ ਨਹੀਂ। ਹਾਂਜੀ ਬਿਲਕੁਲ ਜੀ, ਅਤੇ ਹੁਣ ਪਹਿਲਾਂ ਚੱਲ ਆਪਾਂ ਇੱਥੇ ਚਲਾਉਂਦੇ ਹੁੰਦੇ ਸੀਗੇ, ਇਸ ਚੀਜ਼ ਨਾਲ ਯਾਦਾਂ ਜੁੜੀਆਂ ਸੀਗੀਆਂ, ਅਤੇ ਹੁਣ ਫਿਰ ਉੱਥੇ ਸਾਡਾ ਸਿੱਖ ਮੋਟਰਸਾਈਕਲ ਕਲੱਬ ਆ ਅਤੇ ਹਰੇਕ ਚੀਜ਼ ਉੱਥੇ ਕੋਈ ਨਾ ਕੋਈ ਹੁੰਦੀ ਹੈ, ਨਵੀਂ ਚੀਜ਼ ਮੁੰਡੇ ਸਾਰੇ ਲੈ ਕੇ ਆਉਂਦੇ ਆ।
ਅਲਮਰੇਟਾ ਮੈਨੂੰ ਲੱਗਦਾ ਕਿ ਹੁਣ ਤਾਂ ਲੋਕ ਭੁੱਲ ਵੀ ਗਏ ਹੋਣੇ, ਪਰ ਇਹਦੇ ਨਾਲ ਲੋਕਾਂ ਦੀਆਂ ਯਾਦਾਂ ਬਹੁਤ ਜੁੜੀਆਂ ਹੋਣਗੀਆਂ। ਮੈਂ ਚਾਹੁੰਦਾ ਕਿ ਇਹਨਾਂ ਸਾਰਿਆਂ ਦੀ ਖਾਸੀਅਤ ਦੱਸੋ, ਮਾਡਲ ਦੱਸੋ, ਕਿਵੇਂ ਤਿਆਰ ਕੀਤੇ, ਕਿਵੇਂ ਸਾਂਭਿਆ, ਪਹਿਲਾਂ ਇਸ ਤੋਂ ਸ਼ੁਰੂਆਤ ਕਰਦੇ ਹਾਂ ਆਪਾਂ। ਹਾਂਜੀ, ਇਹ ਅਲਮਰੇਟਾ ਰਾਈਟ ਬਈ ਪਹਿਲਾਂ ਤਾਂ ਬਹੁਤ ਸ਼ੌਂਕ ਸਾਡੇ ਮਾਸੜ ਹੋਣਾ ਕੋਲ ਹੁੰਦਾ ਸੀਗਾ, ਅਤੇ ਉਦੋਂ ਤਾਂ ਇੰਨਾ ਨਹੀਂ ਹੁੰਦਾ ਸੀ, ਪਰ ਹੁਣ ਇਹਦਾ ਕਰੇਜ਼ ਬਹੁਤ ਹੋ ਗਿਆ, ਮੂਵੀਆਂ 'ਚ ਆਇਆ, ਅਤੇ ਸਾਨੂੰ ਵੀ ਵਧੀਆ ਲੱਗਦਾ। ਫਿਰ ਨਿਆਣਿਆਂ ਨੂੰ, ਮੁੰਡੇ ਨੂੰ ਮੇਰੇ ਦਿਲਾਜ ਨੇ ਕਹਿਣਾ ਜਿਹੜਾ ਵੀ ਆਹ ਸਕੂਟਰ ਕਿਹੜਾ, ਮੈਂ ਕਹਿੰਦਾ ਪੁੱਤ ਅਲਮਰੇਟਾ। ਫਿਰ ਮੈਂ ਬ੍ਰਦਰ ਨੂੰ ਫੋਨ ਕੀਤਾ ਅਤੇ ਮੈਂ ਕਿਹਾ ਤਾਰ ਅਲਮਰੇਟਾ ਆਪਾਂ ਲੈ ਕੇ ਜਾਣਾ ਕਨੇਡਾ, ਕਹਿੰਦਾ ਉਹ ਤਾਂ ਲੱਭਦੇ ਨਹੀਂ, ਇੱਥੇ ਤਾਂ ਕਬਾੜ ਵੀ ਹੈ ਨਹੀਂ ਉਹਦਾ, ਜਿੱਦਾਂ ਵੀ ਆਪਾਂ ਕਿੱਥੋਂ ਲਿਆਉਣਾ ਆ। ਫਿਰ ਪ੍ਰੀਆ ਸਕੂਟਰ ਸੀਗਾ, ਉਹ ਆਪਣਾ ਸੀਗਾ, ਉਹਨੂੰ ਤਿਆਰ ਕੀਤਾ। ਇਹ ਫਿਰ ਕਿੱਥੋਂ ਲੱਭਾ ਤੁਹਾਨੂੰ? ਇਹ ਜਲੰਧਰ ਤੋਂ ਹੀ, ਮਾਡਲ ਟਾਊਨ ਤੋਂ ਹੀ। ਅੱਛਾ, ਹਾਂਜੀ, ਤਾਂ ਸਾਂਭਿਆ ਸੀਗਾ, ਉਹਨੇ ਸਾਂਭਿਆ ਸੀਗਾ। ਤਾਂ ਹੁਣ ਬਈ ਲੱਖ ਲੱਖ ਡੇਢ ਡੇਢ ਲੱਖ ਰੁਪਈਆ ਇਹਨਾਂ ਦਾ ਮੰਗਦੇ ਆ, ਜਿਹੜੇ ਲੋਕਾਂ ਨੇ ਪਹਿਲਾਂ 5-5 ਹਜ਼ਾਰ ਰੁਪਈਏ ਦੇ, ਕਈਆਂ ਤਾਂ ਕਬਾੜ 'ਚ ਚੁਕਾ ਤੇ ਜਿੱਦਾਂ 3-3 ਹਜ਼ਾਰ ਨੂੰ ਵੀ, ਅਤੇ ਹੁਣ ਇੰਨੇ ਕਰਕੇ ਹੈ ਹੀ ਨੇ ਕਿ ਜਿੱਦਾਂ ਇਹ ਚੀਜ਼ਾਂ। ਤਾਂ ਵੀ ਚੱਲ ਆਪਾਂ ਨੂੰ ਵੀ ਇਸ ਚੀਜ਼ ਨਾਲ ਸੀਗਾ ਇੱਕ, ਇਸ ਚੀਜ਼ ਦਾ ਪੰਜਾਬੀਆਂ ਦਾ ਵਿਰਸੇ ਦਾ ਹੋ ਗਿਆ, ਪਲੱਸ ਨਾਲ ਇਹ ਹੋ ਗਿਆ ਕਿ ਇਸ ਚੀਜ਼ ਦੇ ਨਾਲ ਸਾਡਾ ਨਾਂ ਉੱਥੇ ਬਣਿਆ ਆ ਵੀ ਪੰਜਾਬੀ ਪੰਜਾਬੀਆਂ ਚੀਜ਼ਾਂ ਦਾ, ਪਹਿਲਾਂ ਵੀ ਆਪਾਂ ਜਿਹੜੀਆਂ ਚੀਜ਼ਾਂ ਬਾਹਰ ਲੈ ਕੇ ਗਏ ਹਾਂ, ਅਤੇ ਇਹਨਾਂ ਚੀਜ਼ਾਂ ਨਾਲ ਹੋਰ। ਹਾਂਜੀ, ਆਪਾਂ ਪ੍ਰੀਆ, ਇਹ ਮਾਡਲ ਕਿਹੜਾ ਹੈਗਾ? ਇਹ 66 ਦਾ ਆ। ਅੱਛਾ, 66 ਆ। ਹਾਂਜੀ, ਅਤੇ ਪੰਜਾਬੀ ਸੂਬਾ ਬਣਿਆ ਸੀਗਾ ਉਦੋਂ ਦਾ ਇਹ ਮਾਡਲ। ਹਾਂਜੀ, 1966 ਦਾ ਆ। ਹਾਂਜੀ, ਅਤੇ ਉਹ 94 ਦਾ ਆ। ਅੱਛਾ, 94 ਦਾ। ਹਾਂਜੀ ਹਾਂਜੀ। ਬੁਲਟ ਦੇ ਬਾਰੇ, ਬੁਲਟ ਤਿਆਰ ਫਿਰ ਕਿੱਥੋਂ ਕਰਵਾਉਂਦੇ ਹੋ, ਕਿਉਂਕਿ ਹਰ ਇੱਕ ਚੀਜ਼ ਆਪਣੀ ਆਪਣੀ ਖਾਸੀਅਤ ਹੈ ਇਹਨਾਂ ਦੀ ਫਿਰ? ਹਾਂਜੀ, ਇਹਨੂੰ ਇੱਦਾਂ ਸੀ ਵੀ ਅਸੀਂ ਜਦੋਂ ਹੁਣ ਨਿਊ ਹੋਲੈਂਡ 2015 'ਚ ਨਵਾਂ ਕਢਾਇਆ ਸੀਗਾ ਟਰੈਕਟਰ, ਪਹਿਲਾਂ ਕਨੇਡਾ ਜਿਹੜਾ ਲਗਾਇਆ ਸੀ, ਮੁੜ ਕੇ ਉਦੋਂ ਬਾਅਦ 'ਚ ਫਿਰ ਹੋ ਗਿਆ ਕਿ ਟਰੈਕਟਰ ਦੇ ਨਾਲ ਦੇ ਰੰਗ ਕਰਾਈਏ। ਟਰੈਕਟਰ ਨਾਲ ਪਹਿਲਾਂ ਤੋਂ ਪਿਆਰ ਬਹੁਤ ਆ, ਅਤੇ ਮੈਂ ਕਿਹਾ ਕਿਉਂ ਨਾ ਕਲਰ ਵੀ ਇਹਨੂੰ ਫਿਰ ਜਿੱਦਾਂ ਇਹ 98 ਦਾ 98 ਮਾਡਲ ਆ, ਇਹਨੂੰ ਲੈ ਕੇ ਤਾਂ ਫਿਰ ਆਪਾਂ ਇਹਨੂੰ ਟਰੈਕਟਰ ਨਾਲ ਦਾ ਕਲਰ ਜਿੱਦਾਂ ਕਰਾ ਲਿਆ। ਇਹਦੇ ਨਾਲ ਤਾਂ ਸੇਮ ਹੀ ਆਪਣੇ ਕੋਲ ਇੱਕ ਉੱਥੇ ਲੈ ਕੇ ਗਏ ਹਾਂ, ਉੱਥੇ ਫੋਟ 3600 ਲਿਖਿਆ ਆ, ਅਤੇ ਇੱਥੇ ਜਿੱਦਾਂ 3630 ਲਿਖਿਆ ਆ ਟਰੈਕਟਰ ਦੇ ਨਾਲ ਦਾ ਕਲਰ ਕੀਤਾ। ਹਾਂਜੀ, ਟਰੈਕਟਰ ਦੇ ਨਾਮ ਤੋਂ ਹੀ ਤੁਸੀਂ ਬੁਲਟ ਦਾ ਨਾਮ ਰੱਖਤਾ। ਇਹ ਯਾਮਾ? ਹਾਂਜੀ, ਇਹ ਯਾਮਾ ਆ। ਹਾਂਜੀ, ਇਹ 94 ਦਾ ਆ। ਅੱਛਾ ਜੀ। ਹਾਂਜੀ, ਤਾਂ ਇਹ ਸਾਡਾ ਪਹਿਲਾ ਪੁਰਾਣਾ ਬੁਲਟ ਆ। ਅੱਛਾ ਜੀ। ਹਾਂਜੀ, ਇਹ ਵੀ 98 ਦਾ ਆ, ਜਿੱਦਾਂ ਇਹ 94 ਦਾ ਆ, ਅਤੇ ਸਭ ਤੋਂ ਪਹਿਲਾਂ ਜਦੋਂ ਇੱਥੇ ਹੁੰਦੇ ਸੀ ਇੰਡੀਆ, ਅਤੇ ਇਹਦੇ ਨਾਲ ਫਿਰ ਇਹਨੂੰ ਦੁਬਾਰਾ ਤਿਆਰ ਜਿੱਦਾਂ ਕੀਤਾ। ਅਤੇ ਰਾਜਦੂਤ ਬਾਰੇ ਖਾਸ, ਅਤੇ ਇੱਕ ਜੈਸਦੀ, ਇਹ ਬੜੇ ਹੁਣ ਤਾਂ ਐਂਟੀਕ ਚੀਜ਼ਾਂ ਬਣ ਗਈਆਂ ਨੇ ਇਹ ਵਾਲੀਆਂ ਜਿਹੜੀਆਂ। ਬਿਲਕੁਲ ਬਿਲਕੁਲ ਜੀ। ਹਾਂਜੀ, ਰਾਜਦੂਤ ਦਾ ਇੱਦਾਂ ਹੈ ਵੀ ਪਹਿਲਾਂ ਤੋਂ ਚਲੋ ਭਾਰਪੁਰ ਦਾ ਬਹੁਤ ਹੁੰਦਾ ਸੀ, ਹੁਣ ਲਿਜਾਣੇ ਤਾਂ ਸੀਗੇ ਹੀ, ਤਾਂ ਫਿਰ ਮੈਂ ਬ੍ਰਦਰ ਨੂੰ ਕਿਹਾ, ਮੈਂ ਕਿਹਾ ਆਪਾਂ ਰਾਜਦੂਤ ਵੀ ਕਿਉਂ ਨਾ ਤਿਆਰ ਕਰੀਏ ਜਿੱਦਾਂ, ਅਤੇ ਫਿਰ ਇਹ ਵੀ ਆਪਾਂ ਨੂੰ ਫਗਵਾੜੇ ਤੋਂ ਮੁੰਡਾ ਆਪਣਾ ਫਰੈਂਡ ਹੀ ਆ, ਤੋ ਇਹ ਜਾਮਿਆਂ ਦਾ ਤਾਂ ਇਹਨਾਂ ਦਾ ਕੰਮ ਜਿੱਦਾਂ ਕਰਦਾ, ਫਿਰ ਉਹਨੂੰ ਫੋਨ ਕੀਤਾ, ਉਹਨੂੰ ਜਾਮੇ ਤਾਂ ਸਾਰਾ ਅਸੀਂ ਉੱਥੋਂ ਕੰਮ ਕਰਾਇਆ ਸੀਗਾ, ਅਤੇ ਉਹਨੂੰ ਮੈਂ ਇੱਦਾਂ ਦੱਸਿਆ, ਮੈਂ ਕਿਹਾ ਵੀ ਆਪਾਂ ਬਾਈ ਬਾਹਰ ਲਿਆ ਰਹੇ, ਉਹ ਕਹਿੰਦਾ ਬਾਈ ਮੇਰੇ ਕੋਲ ਇੱਕ ਰਾਜਦੂਤ ਆ ਵੀ ਵੱਖਰੀ ਚੀਜ਼ ਹੀ ਆ, ਵੀ ਇਹ ਵੀ ਚੀਜ਼ ਹੋਊਗੀ ਨਾ, ਇਹਨਾਂ ਦੀ ਉੱਥੇ ਵੀ ਬਹੁਤ ਮੰਗ ਵੀ ਹੈਗੀ ਆ, ਤਾਂ ਉੱਦਾਂ ਵੀ ਚੀਜ਼ ਪੰਜਾਬੀਆਂ ਨੂੰ ਜਦੋਂ ਵੱਖਰੀ ਚੀਜ਼ ਹੋਣੀ, ਬਾਕੀ ਤਾਂ ਹੋਰ ਤਾਂ ਚੱਲ ਸੀਗਾ ਹੀ ਜਿੱਦਾਂ ਰਾਈਟ ਵੀ ਇਹਦਾ ਚੱਲ ਵੀ ਹੁਣ ਜਿੱਦਾਂ ਪਹਿਲਾਂ ਭਾਰਪੁਰ ਲਈ ਵੀ ਆ ਵਧੀਆ, ਜਿੱਦਾਂ ਦੂਜਿਆਂ ਕੋਲ ਹੁੰਦਾ ਭਾਰਤ ਆਪਾਂ ਕੀ ਟੋਣਾ, ਪਰ ਉੱਦਾਂ ਸ਼ੋਸ਼ਾ ਹੀ ਸੀਗਾ ਜਿੱਦਾਂ, ਅਤੇ ਵੀ ਚਲੋ ਲਿਜਾਵਾਂਗੇ ਤਾਂ ਉੱਥੇ ਵੀ ਜਿੱਦਾਂ ਹੁਣ ਉਹ ਪਰੇਡ 'ਤੇ ਜਾਈਦਾ ਆ, ਨਗਰ ਕੀਰਤਨ ਦੁੱਧ ਹੀ ਜ਼ਿਆਦਾ ਢਾਉਂਦੇ ਹੁੰਦੇ ਸੀਗੇ ਇਹਦੇ ਨਾਲ। ਹਾਂਜੀ ਹਾਂਜੀ, ਤਾਂ ਬਿਲਕੁਲ ਜੀ। ਜਸਦੀ, ਇਹ ਰਾਜਦੂਤ ਕਿਹੜਾ ਮਾਡਲ ਹੈਗਾ? ਇਹ ਨਾ ਇਹ ਹੈਗਾ ਆ 72 ਮਾਡਲ, 72 ਦਾ। ਅੱਛਾ, 72 ਮਾਡਲ। ਤੁਹਾਡਾ ਜਨਮ ਕਦੋਂ ਦਾ? ਮੇਰਾ 74 ਦਾ। ਤੁਹਾਡੇ ਜਨਮ ਤੋਂ 2 ਸਾਲ ਬਾਅਦ ਆਏ? ਪਹਿਲਾਂ ਦਾ ਕੁਛ ਆਪਣੇ ਵਾਲੇ, ਕੁਛ ਭਾਪੇ ਵਾਲੇ ਜਨਮ ਵਾਲੇ ਲੱਭ ਲਿਆ ਜਿੱਦਾਂ। ਸੋ ਇਹ ਸੀ ਬੂਟਾ ਸ਼ੌਂਕੀ, ਜਿਸ ਨੇ ਕੈਨੇਡਾ ਦੇ ਵਿੱਚ ਮਿਹਨਤ ਕਰਕੇ ਪੰਜਾਬ ਦੇ ਵਿੱਚ ਜਿਹੜੇ ਆਪਣੇ ਸ਼ੌਂਕ ਰਹਿੰਦੇ ਸੀਗੇ ਕੈਨੇਡਾ ਜਾਣ ਤੋਂ ਪਹਿਲਾਂ, ਉਹ ਕੈਨੇਡਾ ਤੋਂ ਬਾਅਦ ਇੱਥੇ ਆ ਕੇ ਪੂਰੇ ਕੀਤੇ। ਹਾਲਾਂਕਿ ਕਈ ਲੋਕ ਪੈਰ ਛੱਡ ਜਾਂਦੇ ਨੇ, ਪਰ ਬੂਟਾ ਸਿੰਘ ਹੁਣਾਂ ਨੇ ਪੈਰ ਨਹੀਂ ਛੱਡੇ, ਜਿਹੜੀ ਮਿਹਨਤ ਉੱਥੇ ਕੀਤੀ, ਪੈਸਾ ਕਮਾਇਆ, ਤਾਂ ਉਸ ਦੇ ਨਾਲ ਆਪਣੇ ਸ਼ੌਂਕ ਪੂਰੇ ਕੀਤੇ। ਕੈਮਰਾਮੈਨ ਜਤਿਨ ਰਾਜਪੂਤ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ TV, ਜੰਡਿਆਲਾ ਪਿੰਡ ਥਾਬਲਕੇ। ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।